ਸੋ ਗੱਲ ਕਰਦੇ ਹਾਂ ਜੀ ਸੰਗਰੂਰ ਦੀ, ਜਿਹੜਾ ਕਿ ਮੁੱਖ ਮੰਤਰੀ ਦਾ ਗ੍ਰਹਿ ਖੇਤਰ ਕਿਹਾ ਜਾਂਦਾ ਹੈ, ਔਰ ਆਮ ਆਦਮੀ ਪਾਰਟੀ ਕਹਿੰਦੀ ਹੈ ਸੰਗਰੂਰ ਸਾਡੀ ਰਾਜਧਾਨੀ ਹੈ। ਇਸ ਵਾਰ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਜੀ ਆਪਣੇ ਬਹੁਤ ਹੀ ਹੋਣਹਾਰ ਮੰਤਰੀ ਰਹੇ ਗੁਰਮੀਤ ਸਿੰਘ ਮੀਥੇਅਰ ਨੂੰ, ਤੇ ਉਹਨਾਂ ਦੇ ਮੁਕਾਬਲੇ ਕਾਂਗਰਸ ਨੇ ਇੱਥੋਂ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ 'ਚ ਉਤਾਰਿਆ। ਸੁਖਪਾਲ ਸਿੰਘ ਖਹਿਰਾ ਵੈਸੇ ਤਾਂ ਬੇਗੋਵਾਲ ਤੋਂ ਬਿਲੋਂਗ ਕਰਦੇ ਨੇ, ਪਰ ਇਸ ਵਾਰ ਉਹ ਜਿਹੜਾ MP ਦਾ ਇਲੈਕਸ਼ਨ ਹੈ ਉਹ ਸੰਗਰੂਰ ਤੋਂ ਲੜ ਰਹੇ ਨੇ। ਉਹਨਾਂ ਦੇ ਮੁਕਾਬਲੇ BJP ਨੇ ਅਰਵਿੰਦ ਖੰਨਾ ਨੂੰ ਮੈਦਾਨ 'ਚ ਉਤਾਰਿਆ, ਜਦਕਿ ਅਕਾਲੀ ਦਲ ਨੇ ਇੱਥੋਂ ਇਕਬਾਲ ਸਿੰਘ ਝੂੰਦਾ ਨੂੰ ਮੈਦਾਨ 'ਚ ਉਤਾਰਿਆ ਹੈ। ਤੇ ਇੱਕ ਹੋਰ ਵੱਡੀ ਗੱਲ ਦੱਸਦਾ, ਇੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੀ ਮੈਦਾਨ ਵਿੱਚ ਨੇ। ਪਿਛਲੀ ਵਾਰ ਦੇ ਜਿਹੜੇ MP ਰਹੇ ਨੇ ਉਹ ਸਿਮਰਨਜੀਤ ਸਿੰਘ ਮਾਨ ਸੀ, ਜਦੋਂ ਕਿ ਇਹ ਕਿਹਾ ਜਾਂਦਾ ਸੀਗਾ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਿਆਨ ਸੀ ਜਿਹ 'ਚ ਉਹਨਾਂ ਨੇ ਕਿਹਾ ਸੀ ਉਹ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ, ਪਰ ਹੁਣ ਉਸੇ ਸੰਵਿਧਾਨ ਦੇ ਤਹਿਤ ਉਹ ਇਹ ਚੁਣਾਵ ਲੜ ਰਹੇ ਨੇ, ਔਰ ਇੱਕ ਵਾਰ ਨਹੀਂ ਦੂਜੀ ਵਾਰ ਨਹੀਂ ਤੀਜੀ ਵਾਰ ਲੜ ਰਹੇ ਨੇ। ਇਸ ਤੋਂ ਪਹਿਲਾਂ ਵੀ 2 ਵਾਰ MP ਬਣ ਚੁੱਕੇ।